ਗੁਰਦੁਆਰਾ ਛੇਵੀਂ ਪਾਤਸ਼ਾਹੀ PGI ਵਿਖੇ ਬਾਬਾ ਲਾਭ ਸਿੰਘ ਜੀ ਅਨੰਦਪੁਰ ਸਾਹਿਬ ਕਾਰ ਸੇਵਾ ਵਾਲਿਆਂ ਵੱਲੋਂ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ। ਇਸ ਦੇ ਨਾਲ ਰਹਿਣ ਦੀ ਜਗ੍ਹਾ, ਫ੍ਰੀ ਦਵਾਈਆਂ, ਲੰਗਰ ਅਤੇ ਹੋਰ ਹਰ ਤਰੀਕੇ ਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ। ਸਾਡੀ ਪੰਜਾਬ ਪਲੱਸ ਦੀ ਟੀਮ ਨੇ ਗੁਰਦੁਆਰੇ ਦਾ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। ਸੰਤਾਂ ਕੇ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਮੁਕਰਾਵਣ, ਹਰ ਕੰਮ ਮੁਕਰਾਵਣ ਆਇਆ ਰਾਮ, ਸੰਤਾਂ ਕੇ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਹਰ ਕੰਮ ਮੁਕਰਾ ਹਰ ਕੰਮ ਮੁਕਰਾਵਣ ਆਇਆ ਰਾਮ। ਇਹ ਗੁਰਦੁਆਰਾ ਸਾਹਿਬ ਲਗਭਗ 30 ਸਾਲ ਪਹਿਲੇ ਸੰਤ ਬਾਬਾ ਲਾਭ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਕਾਰ ਸੇਵਾ ਵਾਲੇ ਉਹਨਾਂ ਵੱਲੋਂ ਇਹ ਬਣਵਾਇਆ ਗਿਆ ਜੀ। ਨਾਲ ਹੀ ਇਹਨਾਂ ਸਰਾਂ ਬਣਵਾਈ ਮਰੀਜ਼ਾਂ ਦੇ ਰਹਿਣ ਵਾਸਤੇ। ਹੁਣ ਸਾਡੇ ਕੋਲ ਘੱਟੋ ਘੱਟ 2000 ਤੋਂ ਉੱਪਰ ਪੇਸ਼ੈਂਟ ਜਿਹੜਾ ਰਾਤ ਰੁਕਦਾ, ਪੇਸ਼ੈਂਟ ਹੋਇਆ ਜਾਂ ਉਹਨਾਂ ਦੇ ਅਟੈਂਡੈਂਟ ਹੋਏ, ਔਰ ਜਿਹੜੇ ਲੰਗਰ ਸਕਦੇ ਆ ਡੇਲੀ, ਜੋ PGI ਦੇ ਵਿੱਚ ਦਾਖਲ ਆ ਜਾਂ OPD ਦੇ ਵਿੱਚ ਆਏ ਆ, ਉਹਨਾਂ ਰਿਸ਼ਤੇਦਾਰ, ਉਹ ਕੋਈ 8 ਤੋਂ 10 ਹਜ਼ਾਰ ਪੇਸ਼ੈਂਟ ਡੇਲੀ ਇਹ ਸਾਡੇ ਕੋਲ ਇੱਥੇ ਲੰਗਰ ਸਕ ਕੇ ਜਾਂਦਾ। ਇਸ ਤੋਂ ਇਲਾਵਾ ਡੈਲਸਿਸ ਜੋ ਹੋ ਰਿਹਾ, ਇਸ ਮਹੀਨੇ ਸਾਡੇ ਕੋਲ 756 ਦੇ ਕਰੀਬ ਡੈਲਸਿਸ ਹੋ ਚੁੱਕੇ ਆ, ਔਰ ਫਰੀ ਡੈਲਸਿਸ ਇੰਜੈਕਸ਼ਨ ਜਿਹੜੇ ਡੈਲਸਿਸ ਤੋਂ ਬਾਅਦ ਆਇਰਨ ਦੇ ਲੱਗਦੇ ਆ ਉਹ ਵੀ ਆਪਾਂ ਫਰੀ ਦਿੰਦੇ ਹਾਂ, ਔਰ ਉਹਨਾਂ ਨੂੰ ਮੈਡੀਸਨ, ਨੀਡੀ ਪੇਸ਼ੈਂਟ ਜਿਹੜੇ ਆਪ ਮੈਡੀਸਨ ਵਿਚਾਰੇ ਨਹੀਂ ਲੈ ਸਕਦੇ, ਉਹਨਾਂ ਵਾਸਤੇ ਜੋ ਵੀ ਦਵਾਈ ਦਾ ਅਰੇਂਜਮੈਂਟ ਜਿਹੜਾ ਬਾਬਾ ਜੀ ਵੱਲੋਂ ਉਹ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਕਰੋਨਿਕ ਡਿਜੀਜ਼ ਵਾਲੇ ਪੇਸ਼ੈਂਟ ਹੈਗੇ ਆ, ਉਹਨਾਂ ਨੂੰ ਜੋ ਵੀ ਏਡ ਮਿਲਦੀ ਹੈ ਮਾਨਯੋਗ ਸਰਕਾਰਾਂ ਵੱਲੋਂ, ਪੰਜਾਬ ਸਰਕਾਰ ਵੱਲੋਂ, ਹਿਮਾਚਲ ਸਰਕਾਰ ਵੱਲੋਂ, ਹਰਿਆਣਾ ਸਰਕਾਰ ਵੱਲੋਂ, ਉਹਨਾਂ ਬਾਰੇ ਦੱਸਿਆ ਜਾਂਦਾ ਹੈ ਵੀ ਕਿਵੇਂ ਕਿਵੇਂ ਤੁਸੀਂ ਕਿਹੜੀ ਕਿਹੜੀਆਂ ਫਾਰਮੈਲਿਟੀਆਂ ਕਰਨੀਆਂ, PGI ਤੋਂ ਡਾਕਟਰ ਸਾਹਿਬ ਕੋਲੋਂ ਐਸਟੀਮੇਟ ਲਗਵਾਉਣਾ, ਫਿਰ ਉਹਨਾਂ ਦੇ ਕਿੱਥੋਂ ਕਿੱਥੋਂ ਤੁਸੀਂ ਜਾਣਾ, ਕਿਵੇਂ ਕਿਵੇਂ ਪਾਸ ਕਰਨੇ, ਵੀ ਉਹ ਇਹ ਜਿਹੜੀ ਸਹੂਲਤ ਮਾਨਯੋਗ ਸਰਕਾਰਾਂ ਪਾਸੋਂ ਮਿਲਦੀ ਆ ਉਹ ਇਹਨਾਂ ਨੂੰ ਪ੍ਰਾਪਤ ਹੋ ਸਕੇ ਅਤੇ ਆਪਣਾ ਇਲਾਜ ਕਰੇ। ਅਤੇ ਇਹ ਜਿਹੜੀਆਂ ਜਿੰਨੀਆਂ ਵੀ ਸੇਵਾ ਸੰਤ ਬਾਬਾ ਲਾਭ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵੱਲੋਂ ਚਲਾਈਆਂ ਜਾ ਰਹੀਆਂ, ਲੰਗਰ ਦੀ ਪ੍ਰਥਾ ਹੈ, ਉੱਥੋਂ ਲੰਗਰ ਆ ਰਿਹਾ, ਦਾਲਾਂ ਆ ਰਹੀਆਂ, ਟਰੱਕਾਂ ਦੇ ਟਰੱਕ, ਕੋਈ ਕਿਸੇ ਕਿਸਮ ਦੀ ਤੁਰ ਨਹੀਂ। ਅਤੇ ਜਿਹੜੀ ਡੈਲਸਿਸ ਦੀ ਤੁਹਾਨੂੰ ਦੱਸਿਆ, ਇਹ ਮਾਨਯੋਗ ਹੈ SP ਸਿੰਘ ਅਬਰਾਏ ਸਾਹਿਬ, ਉਹਨਾਂ ਵੱਲੋਂ ਮਸ਼ੀਨਾਂ ਚੰਡੀਗੜ੍ਹ ਦੇ ਵਿੱਚ ਹੀ ਲਗਵਾਈਆਂ ਗਈਆਂ, ਅਤੇ ਜੋ ਉਹ ਪ੍ਰਥਾ ਜਿਹੜੀ ਉਹ ਚੱਲ ਰਹੀ ਹੈ। ਅਤੇ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਪੇਸ਼ੈਂਟ ਜਿਹੜਾ, ਕੋਈ ਗਰੀਬ ਜਾਂ ਕਿਸੇ ਕਿਸਮ ਦਾ ਵੀ ਕੋਈ ਆਇਆ ਹੈ, ਵੀ ਸਾਡੇ ਕੋਲੋਂ ਉਹਨਾਂ ਦੀ ਜੀ ਹਜ਼ੂਰੀ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਇਹੋ ਜਿਹੀ ਪ੍ਰੋਬਲਮ ਜਾਂ ਸਾਡੇ ਸੇਵਾਦਾਰਾਂ ਕੋਲ ਨਾ ਰਹੀ ਜਾਏ, ਅਗਲੇ ਲੰਗਰ ਮਿਲੇ, ਰਹਿਣ ਨੂੰ ਜਗ੍ਹਾ ਮਿਲੇ, ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਦੁਖੀ ਵਿਚਾਰਾ ਅੱਗੇ ਉਹ ਬਿਮਾਰੀਆਂ ਕਰਕੇ ਦੁਖੀ ਹੈ ਅਤੇ ਇਹ ਹੋਰ ਦੁਖੀ ਨਾ। ਮੀਡੀਆ ਨੂੰ ਵੀ ਬੇਨਤੀ ਹੈ, ਹੋਰ ਵੀ ਬੇਨਤੀ ਆ ਵੀ ਕਈ ਵਿਚਾਰੇ ਗਰੀਬ ਪਿੰਡਾਂ ਦੇ ਵਿੱਚ ਜਿਹੜੇ ਆਪਣਾ ਇਲਾਜ ਹੀ ਨਹੀਂ ਕਰਵਾ ਸਕਦੇ, ਉਹਨਾਂ ਨੂੰ ਗੁਰਦੁਆਰਾ ਸਾਹਿਬ ਬਾਰੇ ਦੱਸੋ, ਇੱਥੇ ਸਾਡੇ ਕੋਲ ਭੇਜੋ, ਅਸੀਂ ਵਲੰਟੀਅਰ ਰੱਖੇ ਹੋਏ, ਉਹਨਾਂ ਦਾ ਆਪ PGI ਤੋਂ ਇਲਾਜ ਕਰਵਾਉਂਦੇ, ਫਰੀ ਇਲਾਜ ਹੋਏਗਾ, ਵਿਚਾਰੇ ਆਪਣੀ ਜਿਹੜੀ ਇਲਾਜ ਤੋਂ ਵਿਹੁਣੇ ਨਾ ਰਹਿਣ, ਤਾਂ ਕਿ ਆਪਣੀ ਚੰਗੀ ਸਿਹਤ ਜਿਹੜੀ ਆ ਉਹ ਜੀ। ਮੇਰੇ ਸਾਹਿਬ, ਮੇਰੇ ਸਾਹਿਬ,
मेरे साहिब तू मैं मान नहीं मानी, तू मैं मान नहीं मानी, मेरे साहिब मेरे साहिब मेरे साहिब। अरदास करी रब अपने आ गए, अरदास करी रब अपने आ गए, सुन सुन जीवा तेरी बाणी, सुन सुन जीवा तेरी बाणी, मेरे साहिब मेरे साहिब मेरे साहिब मेरे साहिब, तू मैं मान नहीं मानी, तू मैं मान नहीं मानी, मेरे साहिब मेरे साहिब मेरे साहिब। जिस विसरे सो मर जाए, तुद चेत आए महायानंदा, जिस विसरे सो मर जाए, दयाल होवे जिस ऊपर करते सो तुद सदा ते आए, अरदास करी प्रभ अपने आगे, अरदास करी प्रभ अपने आगे, सुन सुन जीवा तेरी बाणी, सुन सुन जीवा तेरी साहिब, मेरे साहिब मेरे साहिब मेरे साहिब, तू मैं मान नहीं मानी, तू मैं मान नहीं मानी, मेरे साहिब साहिब मेरे साहिब। चरण तेरे दर्शन को बल जाई, तेरे दर्शन को बल जाई, तेरे दर्शन को बल जाई, चरण तेरे दर्शन को बल जाई, अमृत बचन हृदय उतारी,
तौ कृपा ते संग पाई अरदास करी प्रभ अपने आगे अरदास करी प्रभ अपने आगे सुन सुन जीवा तेरी बाणी सुन सुन जीवा तेरी बाणी मेरे साहिब मेरे साहिब मेरे साहिब तू मैं मान निमानी तू मैं मान निमानी मेरे साहिब मेरे साहिब मेरे साहिब ਪੀਜੀਆਈ ਦਾ ਇਹ ਛੇਵੀਂ ਪਾਤਸ਼ਾਹੀ ਗੁਰਦੁਆਰਾ ਜਿਹੜਾ ਕਿ ਕੇਵਲ ਰਿਲੀਜੀਅਸ ਵਾਈਬ੍ਰੇਸ਼ਨਸ ਕਰਕੇ ਹੀ ਆਸਥਾ ਦਾ ਕੇਂਦਰ ਨਹੀਂ ਹੈ ਬਲਕਿ ਇਸ ਸਥਾਨ ਦੇ ਉੱਪਰ ਜੋ ਕਾਰ ਸੇਵਾ ਵਾਲਾ ਸੰਤ ਬਾਬਾ ਲਾਭ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਦੀ ਚੱਲ ਰਹੀ ਹੈਗੀ ਹੈ ਜਿੱਥੇ ਆਪਾਂ ਦੇਖ ਰਹੇ ਹਾਂ ਕਿ ਲੋਕਾਂ ਨੂੰ ਫ੍ਰੀ ਲੰਗਰ ਰਹਿਣ ਦੀ ਜਗ੍ਹਾ ਦਵਾਈਆਂ ਔਰ ਹੌਲੀ ਹੌਲੀ ਜਿੱਦਾਂ ਡਾਇਲਿਸਿਸ ਦਾ ਯੂਨਿਟ ਅਤੇ ਹੋਰ ਐਸੀਆਂ ਸੇਵਾਵਾਂ ਚੱਲ ਰਹੀਆਂ ਨੇ ਅਸੀਂ ਗੱਲ ਕਰ ਰਹੇ ਹਾਂ ਇੱਥੋਂ ਦੇ ਗ੍ਰੰਥੀ ਸਾਹਿਬ ਨਾਲ ਗ੍ਰੰਥੀ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੰਥੀ ਸਾਹਿਬ ਸਾਨੂੰ ਦੱਸੋ ਕਿ ਇਸ ਸਥਾਨ ਦੇ ਉੱਪਰ ਜਿਹੜੀਆਂ ਸੇਵਾਵਾਂ ਸੰਤ ਬਾਬਾ ਲਾਭ ਸਿੰਘ ਜੀ ਦੀ ਆਸ਼ੀਰਵਾਦ ਦੇ ਨਾਲ ਕਿੱਦਾਂ ਚੱਲ ਰਹੀਆਂ ਨੇ ਇਹ ਬਾਬਾ ਸੇਵਾ ਸਿੰਘ ਜੀ ਅਤੇ ਬਾਬਾ ਭਾਗ ਸਿੰਘ ਜੀ ਉਹਨਾਂ ਤੋਂ ਪ੍ਰਸਾਹਿਤ ਸੰਤ ਮਹਾਂਪੁਰਸ਼ ਬਾਬਾ ਲਾਭ ਸਿੰਘ ਜੀ ਜੋ ਕਿ ਸੰਨ 90 ਤੋਂ ਇੱਥੇ ਸੇਵਾਵਾਂ ਚੱਲ ਰਹੀਆਂ ਹਨ ਅਤੇ ਇੱਥੇ ਜੋ ਰਹਿਣ ਦਾ ਪ੍ਰਬੰਧ ਹੈ ਮਰੀਜ਼ਾਂ ਖਾਤਰ 2000 ਤੱਕ ਯਾਤਰੂ ਉਰੇ ਠਹਿਰਦਾ ਹੈ ਅਤੇ ਦਿਨ ਰਾਤ 24 ਘੰਟੇ ਲੰਗਰ ਅਤੇ ਚਾਹ ਦਾ ਲੰਗਰ ਚੱਲਦਾ ਹੈ ਪ੍ਰਸ਼ਾਦਾ ਬਾਕੀ ਮਰੀਜ਼ਾਂ ਖਾਤਰ ਐਂਬੂਲੈਂਸਾਂ ਦੀ ਸੇਵਾ ਫ੍ਰੀ ਦਿੱਤੀ ਜਾਂਦੀ ਹੈ ਜੋ ਕਿ ਐਮਰਜੈਂਸੀ ਛੱਡਣੇ ਹੋਣ ਮਰੀਜ਼ ਹੋਰ ਵੀ ਕਿਸੇ ਕੋਲ ਕਿਰਾਇਆ ਭਾੜਾ ਨਾ ਹੋਵੇ ਬਾਹਰ ਦੂਰ ਜਾਣ ਵਾਲਾ ਯਾਤਰੂ ਤਾਂ ਉਹਨਾਂ ਨੂੰ ਮਹਾਂਪੁਰਖਾਂ ਵੱਲੋਂ ਕਿਰਾਇਆ ਭਾੜਾ ਵੀ ਦਿੱਤਾ ਜਾਂਦਾ ਹੈ ਬਹੁਤ ਅੱਛੀਆਂ ਸੇਵਾਵਾਂ ਚੱਲ ਰਹੀਆਂ ਹਨ ਔਰ ਡੋਨਟ ਦੇਣ ਵਾਲੇ ਵੀ ਬਹੁਤ ਸੇਵਾਵਾਂ ਨਿਭਾ ਅੱਛੀ ਤਰ੍ਹਾਂ ਨਿਭਾ ਰਹੇ ਹਨ ਦਾਨੀ ਪੁਰਸ਼ ਬੜੇ ਬਹੁਤ ਆਉਂਦੇ ਹਨ ਮਹਾਂਪੁਰਖਾਂ ਦੇ ਕੋਲ ਜੋ ਕਿ ਰਲ ਮਿਲ ਕੇ ਸੇਵਾ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਸੁਖਦੇਵ ਸਿੰਘ ਜੀ ਮਾਨ ਪ੍ਰਧਾਨ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਜੀ ਅਤੇ ਸਮੂਹ ਟੀਮ ਜਿੰਨੀ ਵੀ ਵਰਕਰ ਕੰਮ ਕਰ ਰਹੇ ਹੈ ਇੱਥੇ ਸੇਵਾਵਾਂ ਸਮੂਹ ਰਲ ਮਿਲ ਕੇ ਬਹੁਤ ਅੱਛੇ ਸੁਚੱਜੇ ਢੰਗ ਦੇ ਨਾਲ ਚਲਾ ਰਹੇ ਹਨ ਬੜਾ ਸੰਤ ਮਹਾਂਪੁਰਸ਼ਾਂ ਦਾ ਬਹੁਤ ਤਕੜਾ ਹੱਥ ਹੈ ਕਿਉਂਕਿ ਜੋ ਵੀ ਸਮਾਨ ਆਉਂਦਾ ਹੈ ਤਖ਼ਤ ਸ਼੍ਰੀ ਕੇਸਗੜ੍ਹ ਅਨੰਦਗੜ੍ਹ ਸਾਹਿਬ ਤੋਂ ਬਹੁਤ ਹੀ ਇੱਥੇ ਪਿਆਰ ਸਤਿਕਾਰ ਦੇ ਨਾਲ ਸੇਵਾਵਾਂ ਚੱਲ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਨੂੰ ਇੱਥੇ ਸੇਵਾ ਦੇ ਕੇ ਬਾਬਾ ਜੀ ਨੇ ਇੱਥੇ ਅਪੁਆਇੰਟ ਕੀਤਾ ਹੈਗਾ ਔਰ ਜਿਸ ਦਿਨ ਦੇ ਤੁਸੀਂ ਆਏ ਹੋ ਸੇਵਾ ਇੱਥੇ ਨਿਭਾ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਸੇਵਾ ਚੱਲ ਰਹੀਆਂ ਬਾਬਾ ਜੀ ਦੀ ਕਿਰਪਾ ਦੇ ਨਾਲ ਅਤੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਅਤੇ ਸੇਵਾਦਾਰਾਂ ਦੇ ਸੰਯੋਗ ਦੇ ਨਾਲ ਅਤੇ ਬਾਬਾ ਜੀ ਦੇ ਦੇਖ ਰੇਖ ਦੇ ਹੇਠ ਬਹੁਤ ਵਧੀਆ ਸੇਵਾਵਾਂ ਚੱਲ ਰਹੀਆਂ ਹਨ ਅਤੇ ਬਾਕੀ ਰਲ ਮਿਲ ਕੇ ਸਾਰੀ ਇੱਕ ਟੀਮ ਦੀ ਤਰ੍ਹਾਂ ਇਹ ਸੇਵਾਵਾਂ ਜੋ ਸਾਰੇ ਸੇਵਾਦਾਰ ਨਿਭਾ ਰਹੇ ਨੇ ਔਰ ਵੀਰ ਜੀ ਜਿਸ ਤਰੀਕੇ ਦੇ ਨਾਲ ਦਵਾਈਆਂ ਦੀ ਗੱਲ ਕਰੀਏ ਡਾਇਲਿਸਿਸ ਦੀ ਗੱਲ ਕਰੀਏ ਹੋਰ ਯੂਨਿਟਾਂ ਦੀ ਗੱਲ ਕਰੀਏ ਕਿ ਦਿਨ ਦਿਨ ਜਿਹੜੀ ਹੈਗੀ ਆ ਸੇਵਾ ਹੋਰ ਵਾਧਾ ਬਾਬਾ ਜੀ ਕਰਨ ਦੇ ਵਿੱਚ ਲੱਗੇ ਹੋਏ ਨੇ ਧਾਰਮਿਕ ਵਾਈਬ੍ਰੇਸ਼ਨਾਂ ਕਿਉਂਕਿ ਪਵਿੱਤਰਤਾ ਦੇ ਨਾਲ ਬੜੇ ਸ਼ੁੱਧਤਾ ਦੇ ਨਾਲ ਭੋਜਨ ਬਣਦਾ ਔਰ ਜਿਹੜਾ ਮਰੀਜ਼ ਇੱਥੇ ਦਾਖਲ ਹੁੰਦਾ ਜਿਹੜਾ ਉਹ ਭੋਜਨ ਖਾ ਲੈਂਦਾ ਭੋਜਨ ਦੇ ਵਿੱਚ ਵੀ ਇੰਨੀ ਤਾਕਤ ਹੈਗੀ ਆ ਕਿ ਉਹਦੇ ਵਿੱਚ ਵੀ ਮਰੀਜ਼ ਨੂੰ ਜਿਹੜੀ ਹੈਗੀ ਆ ਜਿਹੜੇ ਉਹਦੇ ਨਾਲ ਦੇ ਬੰਦੇ ਹੁੰਦੇ ਆ ਉਹਨਾਂ ਨੂੰ ਇੱਕ ਸਤਾਵਨਾ ਮਿਲਦੀ ਆ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈਗੀ ਆ ਔਰ ਉਹਦੇ ਨਾਲ ਨਾਲ ਉਹਨਾਂ ਦਾ ਮਨ ਵੀ ਜਿਹੜਾ ਹੈਗਾ ਉਹ ਬਹੁਤ ਸਥਿਰ ਰਹਿੰਦਾ ਹੈਗਾ ਕਿਉਂਕਿ ਬਿਮਾਰੀ ਦੇ ਕੇਸ ਦੇ ਵਿੱਚ ਇੱਥੇ ਬੰਦੇ PGI ਦੇ ਵਿੱਚ ਉਹਦੀ ਆਉਂਦੇ ਜਦੋਂ ਲਾਸਟ ਸਟੇਜਾਂ ਹੁੰਦੀਆਂ ਔਰ ਉਹਦੇ ਵਿੱਚ ਲੋਕਾਂ ਦਾ ਮਨ ਬੜਾ ਘਬਰਾਇਆ ਹੁੰਦਾ ਲੇਕਿਨ ਜਦੋਂ ਇੱਥੇ ਆਉਂਦੇ ਆ ਖੰਡਪਾਠ ਸਾਹਿਬ ਦੇ ਨਾਲ ਗੁਰਦੁਆਰਾ ਸਾਹਿਬ ਦੇ ਨਾਲ ਜੁੜਦੇ ਨੇ ਖੰਡਪਾਠ ਸਾਹਿਬ ਸੁਣਦੇ ਨੇ ਔਰ ਇੱਥੇ ਬੈਠਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦੇ ਨੇ ਔਰ ਉਹਦੇ ਨਾਲ ਨਾਲ ਮੈਡੀਸਨਸ ਜਿਹੜੇ ਦਿੱਤੀਆਂ ਜਾਂਦੀਆਂ ਕੀ ਕਹਿਣਾ ਚਾਹੋ ਹਾਂਜੀ ਇਹ ਵੀ ਇੱਕ ਮਤਲਬ ਕਿ ਉਪਰਾਲਾ ਬਾਬਾ ਜੀ ਵੱਲੋਂ ਆ ਕਿ ਜਿੱਦਾਂ ਮੈਡੀਸਨ ਕੋਈ ਗਰੀਬ ਜਿੱਦਾਂ ਮਤਲਬ ਕਿ ਨਹੀਂ ਕਰ ਸਕਦਾ ਆਪਣੇ ਕੋਲ ਪੈਸੇ ਦਾ ਇੰਤਜ਼ਾਮ ਨਹੀਂ ਹੁੰਦਾ ਉਹ ਬਾਬਾ ਜੀ ਹੁਣਾਂ ਵੱਲੋਂ ਇਹ ਮੈਡੀਸਨ ਵੀ ਆਪਣਾ ਦਵਾਈਆਂ ਦੀ ਸਹਾਇਤਾ ਕੀਤੀ ਜਾਂਦੀ ਹੈ ਨਾਲ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਾਬਾ ਜੀ ਇਹ ਸੇਵਾ ਨਿਭਾ ਰਹੇ ਨੇ
ਵੀਰ ਜੀ ਜਿੱਦਾਂ 24 ਘੰਟੇ ਦਾ ਲੰਗਰ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਲੰਗਰ 24 ਘੰਟੇ ਕਿਉਂਕਿ ਭੁੱਖੇ ਟੁੱਟੇ ਫੁੱਟੇ ਮਰੀਜ਼ ਜਿਹੜਾ ਜਦੋਂ ਦੁਖੀ ਹੁੰਦੇ ਆ ਅਤੇ ਉਦੋਂ ਆ ਕੇ ਉਹਨਾਂ ਨੂੰ ਮੂੰਹ ਦੇ ਵਿੱਚ ਜੇ ਬੁਰਕੀ ਪੈਂਦੀ ਆ ਤਾਂ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਲੱਗਦਾ ਵਾ ਸਾਨੂੰ ਲੰਗਰ ਵਰਤਾ ਕੇ ਛਕਾ ਕੇ ਬਹੁਤ ਵਧੀਆ ਲੱਗਦਾ ਵਾ ਅਤੇ ਜਿਹੜੀ ਇਹ ਸੇਵਾਵਾਂ ਵਾ 24 ਘੰਟੇ ਚੱਲ ਰਹੀਆਂ ਹਨ ਅਤੇ ਬਹੁਤ ਹੀ ਆਨੰਦ ਆਉਂਦਾ ਵਾ ਇਹ ਚੀਜ਼ਾਂ ਦੇਖ ਕੇ ਔਰ ਕਰਕੇ। ਅਸੀਂ ਵੀ ਜਦੋਂ ਪਹਿਲਾਂ ਇੱਥੇ ਨਹੀਂ ਸੀ ਆਏ ਅਤੇ ਉਦੋਂ ਸਾਨੂੰ ਵੀ ਨਹੀਂ ਸੀ ਪਤਾ ਵੀ ਇਹ ਐਡੀ ਤਕੜੀ ਸੇਵਾਵਾਂ ਇੱਥੇ ਚੱਲ ਰਹੀਆਂ ਵਾ, ਪਰ ਜਦੋਂ ਅਸੀਂ ਆਏ ਅਤੇ ਵੇਖਿਆ ਤਾਂ ਸਾਨੂੰ ਵੀ ਇੱਦਾਂ ਲੱਗਿਆ ਕਿ ਇਹ ਜਿਹੜੀ ਸੇਵਾਵਾਂ ਵਾ ਉੱਚ ਕੋਟੀ ਦੀ ਸੇਵਾਵਾਂ ਵਾ, ਮਤਲਬ ਕਿ ਜਿਹੜੀ ਆਪਾਂ ਰੋਡਾਂ ਦੇ ਉੱਤੇ ਲੰਗਰ ਲਾਉਂਦੇ ਹਾਂ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਵੱਧ ਕੇ ਇਹ ਕਾਰਗਰ ਆ ਅਤੇ ਲੋਕਾਂ ਨੂੰ ਫਾਇਦੇਮੰਦ ਹੈ। ਵੀਰ ਜੀ, ਅੱਜ ਜਦੋਂ ਕਿ ਯੁੱਗ ਦੇ ਵਿੱਚ ਬੜੀ ਅੱਗ ਹੈ, ਸਾਰੇ ਪਾਸੇ ਬੜੀ ਪਰੇਸ਼ਾਨੀ ਦੇ ਦੌਰ ਬਣੇ ਹੋਏ ਨੇ, ਕੀ ਕਹਿਣਾ ਚਾਹੋਗੇ? ਜਿੱਦਾਂ NRI ਵੀਰ ਬੜਾ ਦਸਵੰਧ ਕੱਢਦੇ ਨੇ ਔਰ ਜਿਹੜੇ ਲੋਕ ਦਸਵੰਧ ਕੱਢਦੇ ਨੇ ਉਹਨਾਂ ਨੂੰ ਬਿਮਾਰੀਆਂ ਬਿਲਕੁਲ ਦੂਰ ਰਹਿੰਦੀਆਂ ਨੇ, ਔਰ ਇੱਧਰ ਮੇਰੇ ਰਿਮੇਜ ਆ ਇੱਧਰ ਕਰ ਲਾ ਅਤੇ ਨਾਲ ਦੀ ਨਾਲ ਭਰ ਲਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇੱਥੇ ਸੰਤ ਮਹਾਂਪੁਰਸ਼ ਬਾਬਾ ਲਾਭ ਸਿੰਘ ਜੀ ਵੱਲੋਂ ਜਿਹੜਾ 4 ਲੱਖ ਰੁਪਈਆ ਮਹੀਨੇ ਦਾ ਦਵਾਈਆਂ ਵਾਸਤੇ ਦਿੱਤਾ ਜਾਂਦਾ ਹੈ, ਕਿਉਂਕਿ ਜਿਹਨਾਂ ਮਰੀਜ਼ਾਂ ਨੂੰ ਕਿਡਨੀ ਕੈਂਸਰ ਦੇ ਮਰੀਜ਼ ਹੈ ਉਹਨਾਂ ਨੂੰ ਫ੍ਰੀ ਦਵਾਈਆਂ ਮਿਲਦੀਆਂ ਹਨ ਅਤੇ ਡਾਇਲਸਿਸ ਗੁਰਦੁਆਰਾ ਵੱਲੋਂ ਫ੍ਰੀ ਕਰਵਾਈ ਜਾਂਦੀ ਹੈ, ਅਤੇ ਹੋਰ ਵੀ ਜਿਹੜੇ ਬਾਹਰੋਂ ਜਿਸ ਤਰ੍ਹਾਂ ਦੇ ਫੋਰਨ ਕੰਟਰੀਆਂ ਤੋਂ ਨਾਲ ਵੀਰ ਜੁੜੇ ਹੋਏ ਹਨ ਉਹ ਵੀ ਦਵਾਈਆਂ ਦੇ ਵਿੱਚ ਬਹੁਤ ਸਹਿਯੋਗ ਪਾਉਂਦੇ ਹਨ, ਦਾਨ ਪੁੰਨ ਕਰਦੇ ਹਨ, ਜਿਵੇਂ ਪੇਸ਼ੈਂਟਾਂ ਨੂੰ ਆ ਕੇ ਦੇਖਣਾ, ਫਲ ਫਰੂਟ ਵੰਡ ਕੇ ਜਾਣਾ, ਕੰਬਲ ਆਦਿ ਵਸਤੂਆਂ ਸੇਵਾਵਾਂ ਚਲਾਉਣੀਆਂ ਉਹਨਾਂ ਨੂੰ ਦਿੱਤੇ ਜਾਂਦੇ ਹਨ। ਬਹੁਤ ਹੀ ਸੁਚੱਜੇ ਢੰਗ ਨਾਲ ਵਧੀਆ ਸੇਵਾ ਹੋ ਰਹੀ ਹੈ PGI ਦੇ ਵਿੱਚ, ਜਿਵੇਂ ਕਿ ਪੇਸ਼ੈਂਟਾਂ ਨੂੰ ਬਾਹਰ ਰਹਿਣੇ ਨੂੰ ਜਗ੍ਹਾ ਨਹੀਂ ਹੈਗੀ ਅਤੇ ਉਹਨਾਂ ਨੂੰ ਇੱਥੇ ਬੈੱਡ ਮਿਲਦੇ ਹਨ, ਸੋਣੇ ਨੂੰ ਲੰਗਰ ਪ੍ਰਸ਼ਾਦਾ ਫ੍ਰੀ ਮਿਲ ਜਾਂਦਾ ਹੈ। ਬਹੁਤ ਵਧੀਆ ਸੇਵਾ ਚੱਲ ਰਹੀ ਹੈ ਜੀ ਮਹਾਂਪੁਰਖਾਂ ਵੱਲੋਂ। ਸੰਤਾਂ ਕੇ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਹਰ ਕੰਮ ਕਰਾਵਣ ਆਇਆ ਰਾਮ, ਸੰਤਾਂ ਕੇ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ।